ਪੰਜਾਬ ਦੇ ਸਾਬਕਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਹੁਣੀ ਰਵਾਨਾ ਹੋਣ ਲੱਗੇ ਨੇ ਚੰਡੀਗੜ੍ਹ ਰਾਜ ਭਵਨ ਤੋਂ ਉਹ ਰਵਾਨਾ ਹੋ ਰਹੇ ਨੇ ਕਿਉਂਕਿ ਉਹਨਾਂ ਦੀ ਥਾਂ ਤੇ ਹੁਣ ਪੰਜਾਬ ਦਾ ਨਵਾਂ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਲਾ ਦਿੱਤਾ ਗਿਆ ਤਾਂ ਬਨਵਾਰੀ ਲਾਲ ਪੁਰੋਹਿਤ ਹੋਰੀ ਅੱਜ ਦੁਪਹਿਰ ਵੇਲੇ ਉਹਨਾਂ ਨੂੰ ਇੱਕ ਵਿਦਾਇਗੀ ਪਾਰਟੀ ਦਿੱਤੀ ਗਈ ਔਰ ਹੁਣ ਉਹਨਾਂ ਦਾ ਕਾਫਲਾ ਜਿਹੜਾ ਉਹ ਰਵਾਨਾ ਹੋ ਰਿਹਾ ਚੰਡੀਗੜ੍ਹ ਤੋਂ ਰਾਜ ਭਵਨ ਪੰਜਾਬ ਤੋਂ ਰਵਾਨਾ ਹੋ ਰਿਹਾ ਔਰ ਇੱਥੋਂ ਚੰਡੀਗੜ੍ਹ 에ਅਰਪੋਰਟ ਦੇ ਲਈ ਰਵਾਨਾ ਹੋਇਆ ਇਹ ਕਾਫਲਾ ਔਰ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਚੰਡੀਗੜ੍ਹ ਦੇ ਵਿੱਚ ਜਿੰਨੀ ਦੇਰ ਤੱਕ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਪੰਜਾਬ ਦੇ ਉਹ ਗਵਰਨਰ ਰਹੇ ਤਾਂ ਅਨੇਕਾਂ ਵਾਦ ਵਿਵਾਦ ਜਿਹੜੇ ਨੇ ਉਹ ਬਣੇ ਰਹੇ ਮੁੱਖ ਮੰਤਰੀ ਦੇ ਨਾਲ ਆਏ ਦਿਨ ਕੋਈ ਨਾ ਕੋਈ ਬਿਆਨਬਾਜ਼ੀ ਨੂੰ ਲੈ ਕੇ ਤਲਖੀ ਜਿਹੜੀ ਆ ਉਹ ਹੁੰਦੀ ਹੋਈ ਨਜ਼ਰ ਆਉਂਦੀ ਰਹੀ ਪਰ ਹੁਣ ਉਹਨਾਂ ਨੇ ਵਿਦਾਈ ਲੈ ਲਈ ਹੈ ਪੰਜਾਬ ਤੋਂ ਤਾਂ ਚੰਡੀਗੜ੍ਹ ਵਿਖੇ ਮੌਜੂਦ ਰਾਜ ਭਵਨ ਪੰਜਾਬ ਤੋਂ ਉਹ ਰਵਾਨਾ ਹੋ ਗਏ ਨੇ ਇੱਥੋਂ ਰਵਾਨਗੀ ਤੋਂ ਬਾਅਦ ਹੁਣ ਕੱਲ੍ਹ ਪੰਜਾਬ ਦੇ ਜਿਹੜੇ ਨਵੇਂ ਗਵਰਨਰ ਨੇ ਗੁਲਾਬ ਚੰਦ ਕਟਾਰੀਆ ਉਹ ਆਪਣਾ ਅਹੁਦਾ ਸੰਭਾਲਣਗੇ ਪੰਜਾਬ ਦੇ ਸਾਬਕਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਹੁਣੀ ਰਵਾਨਾ ਹੋਣ ਲੱਗੇ ਨੇ ਚੰਡੀਗੜ੍ਹ ਰਾਜ ਭਵਨ ਤੋਂ ਉਹ ਰਵਾਨਾ ਹੋ ਰਹੇ ਨੇ ਕਿਉਂਕਿ ਉਹਨਾਂ ਦੀ ਥਾਂ ਤੇ ਹੁਣ ਪੰਜਾਬ ਦਾ ਨਵਾਂ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਲਾ ਦਿੱਤਾ ਗਿਆ ਤਾਂ ਬਨਵਾਰੀ ਲਾਲ ਪੁਰੋਹਿਤ ਹੋਰੀ ਅੱਜ ਦੁਪਹਿਰ ਵੇਲੇ ਉਹਨਾਂ ਨੂੰ ਇੱਕ ਵਿਦਾਇਗੀ ਪਾਰਟੀ ਦਿੱਤੀ ਗਈ ਔਰ ਹੁਣ ਉਹਨਾਂ ਦਾ ਕਾਫਲਾ ਜਿਹੜਾ ਉਹ ਰਵਾਨਾ ਹੋ ਰਿਹਾ ਚੰਡੀਗੜ੍ਹ ਤੋਂ ਰਾਜ ਭਵਨ ਪੰਜਾਬ ਤੋਂ ਰਵਾਨਾ ਹੋ ਰਿਹਾ ਔਰ ਇੱਥੋਂ ਚੰਡੀਗੜ੍ਹ 에ਅਰਪੋਰਟ ਦੇ ਲਈ ਰਵਾਨਾ ਹੋਇਆ ਇਹ ਕਾਫਲਾ ਔਰ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਚੰਡੀਗੜ੍ਹ ਦੇ ਵਿੱਚ ਜਿੰਨੀ ਦੇਰ ਤੱਕ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਪੰਜਾਬ ਦੇ ਉਹ ਗਵਰਨਰ ਰਹੇ ਤਾਂ ਅਨੇਕਾਂ ਵਾਦ ਵਿਵਾਦ ਜਿਹੜੇ ਨੇ ਉਹ ਬਣੇ ਰਹੇ ਮੁੱਖ ਮੰਤਰੀ ਦੇ ਨਾਲ ਆਏ ਦਿਨ ਕੋਈ ਨਾ ਕੋਈ ਬਿਆਨਬਾਜ਼ੀ ਨੂੰ ਲੈ ਕੇ ਤਲਖੀ ਜਿਹੜੀ ਆ ਉਹ ਹੁੰਦੀ ਹੋਈ ਨਜ਼ਰ ਆਉਂਦੀ ਰਹੀ ਪਰ ਹੁਣ ਉਹਨਾਂ ਨੇ ਵਿਦਾਈ ਲੈ ਲਈ ਹੈ ਪੰਜਾਬ ਤੋਂ ਤਾਂ ਚੰਡੀਗੜ੍ਹ ਵਿਖੇ ਮੌਜੂਦ ਰਾਜ ਭਵਨ ਪੰਜਾਬ ਤੋਂ ਉਹ ਰਵਾਨਾ ਹੋ ਗਏ ਨੇ ਇੱਥੋਂ ਰਵਾਨਗੀ ਤੋਂ ਬਾਅਦ ਹੁਣ ਕੱਲ੍ਹ ਪੰਜਾਬ ਦੇ ਜਿਹੜੇ ਨਵੇਂ ਗਵਰਨਰ ਨੇ ਗੁਲਾਬ ਚੰਦ ਕਟਾਰੀਆ ਉਹ ਆਪਣਾ ਅਹੁਦਾ ਸੰਭਾਲਣਗੇ ਪੰਜਾਬ ਦੇ ਸਾਬਕਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਹੁਣੀ ਰਵਾਨਾ ਹੋਣ ਲੱਗੇ ਨੇ ਚੰਡੀਗੜ੍ਹ ਰਾਜ ਭਵਨ ਤੋਂ ਉਹ ਰਵਾਨਾ ਹੋ ਰਹੇ ਨੇ ਕਿਉਂਕਿ ਉਹਨਾਂ ਦੀ ਥਾਂ ਤੇ ਹੁਣ ਪੰਜਾਬ ਦਾ ਨਵਾਂ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਲਾ ਦਿੱਤਾ ਗਿਆ ਤਾਂ ਬਨਵਾਰੀ ਲਾਲ ਪੁਰੋਹਿਤ ਹੋਰੀ ਅੱਜ ਦੁਪਹਿਰ ਵੇਲੇ ਉਹਨਾਂ ਨੂੰ ਇੱਕ ਵਿਦਾਇਗੀ ਪਾਰਟੀ ਦਿੱਤੀ ਗਈ ਔਰ ਹੁਣ ਉਹਨਾਂ ਦਾ ਕਾਫਲਾ ਜਿਹੜਾ ਉਹ ਰਵਾਨਾ ਹੋ ਰਿਹਾ ਚੰਡੀਗੜ੍ਹ ਤੋਂ ਰਾਜ ਭਵਨ ਪੰਜਾਬ ਤੋਂ ਰਵਾਨਾ ਹੋ ਰਿਹਾ ਔਰ ਇੱਥੋਂ ਚੰਡੀਗੜ੍ਹ 에ਅਰਪੋਰਟ ਦੇ ਲਈ ਰਵਾਨਾ ਹੋਇਆ ਇਹ ਕਾਫਲਾ ਔਰ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਚੰਡੀਗੜ੍ਹ ਦੇ ਵਿੱਚ ਜਿੰਨੀ ਦੇਰ ਤੱਕ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਪੰਜਾਬ ਦੇ ਉਹ ਗਵਰਨਰ ਰਹੇ ਤਾਂ ਅਨੇਕਾਂ ਵਾਦ ਵਿਵਾਦ ਜਿਹੜੇ ਨੇ ਉਹ ਬਣੇ ਰਹੇ ਮੁੱਖ ਮੰਤਰੀ ਦੇ ਨਾਲ ਆਏ ਦਿਨ ਕੋਈ ਨਾ ਕੋਈ ਬਿਆਨਬਾਜ਼ੀ ਨੂੰ ਲੈ ਕੇ ਤਲਖੀ ਜਿਹੜੀ ਆ ਉਹ ਹੁੰਦੀ ਹੋਈ ਨਜ਼ਰ ਆਉਂਦੀ ਰਹੀ ਪਰ ਹੁਣ ਉਹਨਾਂ ਨੇ ਵਿਦਾਈ ਲੈ ਲਈ ਹੈ ਪੰਜਾਬ ਤੋਂ ਤਾਂ ਚੰਡੀਗੜ੍ਹ ਵਿਖੇ ਮੌਜੂਦ ਰਾਜ ਭਵਨ ਪੰਜਾਬ ਤੋਂ ਉਹ ਰਵਾਨਾ ਹੋ ਗਏ ਨੇ ਇੱਥੋਂ ਰਵਾਨਗੀ ਤੋਂ ਬਾਅਦ ਹੁਣ ਕੱਲ੍ਹ ਪੰਜਾਬ ਦੇ ਜਿਹੜੇ ਨਵੇਂ ਗਵਰਨਰ ਨੇ ਗੁਲਾਬ ਚੰਦ ਕਟਾਰੀਆ ਉਹ ਆਪਣਾ ਅਹੁਦਾ ਸੰਭਾਲਣਗੇ